ਲਓ ਜੀ, ਇਹ ਮੈਂ ਇੱਥੇ ਸੈਕਰਾਮੈਂਟੋ 'ਚ ਪਹੁੰਚ ਗਿਆ ਅਤੇ ਸਾਈਕਲ ਜਿਹੜਾ ਲਾਉਣ ਦੀ ਪ੍ਰੈਕਟਿਸ ਕਰਨੀ ਆ। ਕਹਿੰਦੇ ਇੱਥੋਂ ਕੋਈ ਕੰਪੀਟੀਸ਼ਨ ਹੋ ਰਿਹਾ, ਉਹਦੇ 'ਚ ਮੈਂ ਜਿੱਤਣ ਦੀ ਕੋਸ਼ਿਸ਼ ਕਰਨੀ। ਇਹ ਆਹ ਮੇਰਾ ਟਾਰਗੇਟ ਹੈ, ਯਾਨੀ ਕਿ ਮੇਰਾ ਇਹ ਡੰਡਾ ਜੀ। ਇਸ ਡੰਡੇ ਬਿਨਾਂ ਤਾਂ ਬਿਕਰ ਬਾਦਸ਼ਾਹ ਕਾਸੇ ਜੋਗਾ ਨਹੀਂ ਹੈਗਾ ਜੀ। ਖੈਰ ਚਲੋ ਜੀ, ਬਿਕਰ ਬਾਦਸ਼ਾਹ ਕਾਸੇ ਜੋਗਾ ਹੈ ਜਾਂ ਨਹੀਂ ਹੈ ਇਹ ਤੁਹਾਨੂੰ ਪਤਾ ਸਾਰਿਆਂ ਨੂੰ, ਪਰ ਮੈਂ ਜਿਹੜੀ ਗੱਲ ਦੱਸ ਦੇਣਾ ਚਾਹੁੰਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ, ਐਜ ਯੂ ਨੋ ਵੈਲ ਕਿ ਡੈਟ ਬਿਕਰ ਬਾਦਸ਼ਾਹ ਇਜ ਰੀਚਡ ਇਨ ਕੈਲੀਫੋਰਨੀਆ। ਸੋ ਨਾਓ ਇਟ ਇਜ਼ ਆਈ ਐਮ ਇਨ ਸੈਕਰਾਮੈਂਟੋ ਐਂਡ ਦਾ ਵਿਲ ਬੀ ਹੇਅਰ। ਅਤੇ ਅੱਜ ਮੈਨੂੰ ਪਤਾ ਲੱਗਾ ਸੀ ਵੀ ਇੱਥੇ ਪਾਰਕ ਦੇ ਵਿੱਚ ਸਾਡੇ ਪੰਜਾਬੀ ਕਾਫੀ ਇਕੱਠੇ ਹੁੰਦੇ ਆ। ਸੈਕਰਾਮੈਂਟੋ ਦੀ ਇਹ ਰੀਜੈਂਸੀ ਪਾਰਕ ਹੈ ਜੀ, ਕਮਿਊਨਿਟੀ ਪਾਰਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਅਤੇ ਮੈਂ ਕਿਹਾ ਚਲੋ ਅੱਜ ਸ਼ੁਰੂਆਤ ਕਰਨੀ ਹੈ ਬਿਕਰ ਬਾਦਸ਼ਾਹ ਨੇ। ਵੈਸੇ ਤਾਂ ਸਿਆਣੇ ਕਹਿੰਦੇ ਹੁੰਦੇ ਆ ਵੀ ਬਾਹੁਣੀ ਚੰਗੀ ਹੋ ਜੇ ਅਤੇ ਗਾਂ ਕੰਮ ਕਰ ਚੰਗਾ ਰਿੜ ਪੈਂਦਾ, ਪਰ ਪੁਲਿਸਾਂ ਦੀ ਕਾਹਦੀ ਬਾਹੁਣੀ ਜੀ ਅਤੇ ਕਾਹਦੇ ਕੰਮ ਕਾਰ। ਆਪਾਂ ਤਾਂ ਇੱਥੇ ਅੱਜ ਪੰਜਾਬੀ ਜਿੰਨੇ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ, ਹੋਰ ਵਾਚਦੇ ਹਾਂ, ਅਤੇ ਫਿਰ ਹੌਲੀ ਹੌਲੀ ਜਿਹੜਾ ਹੈਗਾ ਜੀ ਤੁਹਾਡੇ ਬਿਜ਼ਨਸ 'ਤੇ ਵੀ ਆਵਾਂਗੇ, ਤੁਹਾਡੀਆਂ ਖੂਬ ਰੌਣਕਾਂ ਉੱਥੇ ਲਾਵਾਂਗੇ ਅਤੇ ਨਾਲ ਦੀ ਨਾਲ ਤੁਹਾਡੇ ਬਿਜ਼ਨਸ ਨੂੰ ਘਰ ਘਰ ਵੀ ਪਹੁੰਚਾਵਾਂਗੇ ਜੀ। ਠੀਕ ਹੈ ਜੀ, ਫਿਲਹਾਲ ਸੈਕਰਾਮੈਂਟੋ ਦੀ ਇਸ ਰੀਜੈਂਸੀ ਕਮਿਊਨਿਟੀ ਪਾਰਕ ਦੇ ਵਿੱਚ ਮੈਂ ਦੇਖਦਾ ਪੰਜਾਬੀ ਕਿੱਥੇ ਕਿੱਥੇ ਹੈਗੇ। ਵੈਸੇ ਦਿਸ ਰਹੇ ਬਹੁਤ ਨਿਆਣੇ ਵੀ ਬਹੁਤ ਖੇਡ ਰਹੇ ਆ, ਔਰ ਬੀਬੀਆਂ ਭੈਣਾਂ ਵੀ ਉਹ ਬੈਠੀਆਂ ਪਰੇ ਲੱਗਦੀਆਂ ਇਕੱਠੀਆਂ ਹੋ ਕੇ ਚੁਗਲੀਆਂ ਕਰਦੀਆਂ, ਅਤੇ ਬਾਬੇ ਤਾਸ਼ ਵੀ ਖੇਡਦੇ ਪਏ ਆ, ਅਤੇ ਇੱਦੂ ਵਧੀਆ ਨਜ਼ਾਰਾ ਹੋਰ ਕੀ ਹੋ ਸਕਦਾ ਜੀ। ਇਹੋ ਜਿਹਾ ਨਜ਼ਾਰਾ ਤਾਂ ਪੰਜਾਬ ਵਿੱਚ ਵੀ ਨਹੀਂ ਮਿਲਦਾ। ਆਓ ਦੇਖਦੇ ਹਾਂ। Yes, yes. This is my bike, my cycle. I think this is my bicycle. No. This is your? Yes. So get me some money, I will give you this, your bicycle. I don't have any money. You don't have money? Your mom, dad? Are at home. Oh, at home. Okay. And naam Punjabi aundi thodi bahut? Naam ki hai? Simrit. Simrit. Kedi class padde ho? ਦੂਜੀ 'ਚ। ਦੂਜੀ 'ਚ, ਵੈਰੀ ਗੁੱਡ, ਬਹੁਤ ਅੱਛੀ ਪੰਜਾਬੀ ਬੋਲਦੇ ਬੇਟਾ। ਇਸੇ ਖੁਸ਼ੀ 'ਚ ਮੈਂ ਸਾਈਕਲ ਤੈਨੂੰ ਦਿੱਤਾ, ਆ ਲਓ। ਅਤੇ ਕੁਛ ਆਉਂਦਾ ਗਾਣਾ ਪੰਜਾਬੀ 'ਚ? ਆ ਜਾਓ ਤੁਸੀਂ ਵੀ, ਆ ਜਾਓ, ਆ ਜਾਓ, ਆ ਜਾਓ ਬੇਟਾ, ਆ ਜਾਓ, ਆ ਜਾਓ। ਹੈਲੋ, ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਅਵਲੀਨ। ਅਵਲੀਨ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 4th 'ਤੇ ਜਾਣਾ। 4th 'ਤੇ ਜਾਣਾ, ਮੈਨੂੰ ਵੀ ਲੈ ਜਾਣਾ 4th 'ਤੇ ਜਾਣਾ ਨਾ ਜਦੋਂ। ਠੀਕ ਹੈ, ਲੈ ਜਾਣੀ। ਐਡਮਿਟ ਕਰ ਲਓਗੇ ਨਾ? ਹਾਂਜੀ। ਠੀਕ ਹੈ, 4th 'ਚ ਕਰ ਲਓਗੇ। ਆ ਜਾਓ ਬੇਟਾ ਤੁਸੀਂ ਅੱਗੇ। ਤੁਹਾਡਾ ਕੀ ਨਾਮ? ਨਿਮਰਤ। ਨਿਮਰਤ, ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਹਜੇ ਨਹੀਂ ਜਾਂਦੀ, ਮੈਂ ਕਿੰਡਰ 'ਚ ਜਾਣਾ ਹਜੇ। ਵੈਰੀ ਗੁੱਡ, ਵੈਰੀ ਗੁੱਡ। ਹੈਲੋ ਕਰੋ ਮੇਰੇ ਨਾਲ। ਠੀਕ ਹੈ, ਇਹਦੇ 'ਚ ਕੀ ਹੈ? ਪਾਣੀ। ਪਾਣੀ, ਐਕਸਰਸਾਈਜ਼ ਕਰ ਰਹੇ ਗਰਾਊਂਡ 'ਚ? ਹਾਂ। ਕੋਈ ਗਾਣਾ ਆਉਂਦਾ? ਨਹੀਂ ਜੀ। ਮੈਂ ਸੁਣਾਵਾਂ? ਹਾਂ। ਤੁਹਾਡਾ ਕੀ ਨਾਮ ਬੇਟੇ? ਸਵਰਾਜ। ਸਵਰਾਜ, ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਰਸਟ। ਗੇਮ ਕਿਹੜੀ ਪਸੰਦ ਹੈ ਤੁਹਾਨੂੰ? ਫੋਰਟਨਾਈਟ। ਗੇਮ ਕਿਹੜੀ? ਗੇਮ ਫੋਰਟਨਾਈਟ। ਕਿਹੜੀ? ਇੰਗਲਿਸ਼ ਗੇਮ। ਇੰਗਲਿਸ਼ ਗੇਮ, ਅੱਛਾ, ਮੈਨੂੰ ਤਾਂ ਹੀ ਮੈਨੂੰ ਨਾਂ ਦਾ ਨਹੀਂ ਪਤਾ ਇੰਗਲਿਸ਼ ਗੇਮ। ਠੀਕ ਹੈ ਠੀਕ ਹੈ, ਪੰਜਾਬੀ ਗੇਮਾਂ ਵੀ ਖੇਡਿਆ ਕਰੋ। ਯੂ ਨੋ ਅਬਾਊਟ ਗੁੱਲੀ ਡੰਡਾ? ਗੁੱਲੀ ਡੰਡਾ ਨਹੀਂ। ਅਤੇ ਬਾਂਦਰ ਕੀਲਾ? ਕੀ ਬਾਂਦਰ ਕੀਲਾ? ਮੈਂ ਨਹੀਂ ਪਤਾ ਇਹ ਬਾ ਜੋ ਪੰਜਾਬ 'ਚ ਹੁੰਦੀਆਂ ਸੀ ਗੇਮਾਂ ਜਿਹੜੀਆਂ ਅਸੀਂ ਖੇਡਦੇ ਸੀ ਨਾ, ਉਹ ਹੁੰਦੀਆਂ ਸੀ ਬਾਂਦਰ ਕੀਲਾ, ਇੱਕ ਪੇੜ ਦੇ ਨਾਲ ਨਾ ਰੱਸੀ ਬੰਨ੍ਹ ਕੇ ਚੱਪਲਾਂ ਲਾ ਕੇ ਰੱਖਦੇ ਸੀ ਉੱਥੇ। ਠੀਕ ਹੈ, ਫਿਰ ਚੱਕ ਕੇ ਭੱਜਦੇ ਸੀ, ਫਿਰ ਚੱਪਲਾਂ ਨਾਲ ਕੁੱਟਦੇ ਸੀ। ਠੀਕ ਹੈ, ਮੈਂ ਖੇਡ ਕੇ ਦਿਖਾਊਂਗਾ ਤੈਨੂੰ ਫਿਰ ਕਦੇ। ਠੀਕ ਹੈ, ਆ ਜਾਓ ਬੇਟਾ, ਤੁਸੀਂ ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਦਰਪਨ ਆ। ਦਰਪਨ, ਅਤੇ ਤੁਸੀਂ ਕਿਹੜੀ ਕਲਾਸ 'ਚ ਹੋ ਦਰਪਨ ਜੀ? ਮੈਂ 3rd ਵਿੱਚ, ਹੁਣ ਮੈਂ 4th ਵਿੱਚ ਜਾਣਾ ਹੈ। ਓ ਵੈਰੀ ਗੁੱਡ, ਪਹਿਲਾਂ ਤਾਂ ਪਾਰਟੀ ਫਿਰ ਕਦੋਂ ਦੇਣੀ 4th ਜਾਣ ਦੀ? ਪਤਾ ਨਹੀਂ, ਪਾਰਟੀ ਤਾਂ ਕਰੋ ਨਾ। ਨਹੀਂ, ਪਹਿਲੇ ਇਹ ਬਤਾਓ ਦੰਦ ਕਿੱਥੇ ਗਏ? ਮੇਰਾ ਮਮਾ ਕੇ ਪਾਸ। ਮਮਾ ਨੇ ਤੁਹਾਰੇ ਦਾਂਤ ਚੋਰੀ ਕਰ ਲਈਏ? ਚੋਰੀ ਕਰ ਲਿਆ ਨਾ? ਇੱਕ ਦੰਦ ਮੈਂ ਲੈ ਲੂੰ ਆਪਕਾ? ਨਹੀਂ, ਇੱਕ ਇਧਰ ਵਾਲਾ ਦੇ ਦਿਓ, ਛੋਟਾ ਸਾ, ਇਤਨਾ ਸਾ ਦੇ ਦਿਓ। ਠੀਕ ਹੈ ਠੀਕ ਹੈ, ਜਾਓ ਜੀ, ਬੱਚੇ ਦੇਖੋ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੰਜਾਬੀ ਬੋਲਦੇ, ਪੰਜਾਬੀ ਸਮਝਦੇ, ਚੰਗੀ ਗੱਲ ਹੈਗੀ ਜੀ ਘਰਾਂ ਦੇ ਵਿੱਚ ਜਿਹੜਾ ਇੱਦਾਂ ਹੁੰਦਾ ਜੀ। ਸੈਕਰਾਮੈਂਟੋ ਦੀ ਪਾਰਕ ਦੇ ਵਿੱਚ ਇੱਥੇ ਕਾਫੀ ਪੰਜਾਬੀ ਨਜ਼ਰ ਆ ਰਹੇ ਆ, ਇੱਧਰ ਬੀਬੀਆਂ ਭੈਣਾਂ ਬੈਠੀਆਂ, ਦੇਖਦੇ ਜੇ ਚੁਗਲੀਆਂ ਚੁਗਲੀਆਂ ਨਾ ਚੱਲਦੀਆਂ ਹੋਈਆਂ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ ਇੱਥੇ? ਹੁਣ ਸ਼ਾਮ ਦਾ ਟਾਈਮ ਘੁੰਮਣਾ ਹੈ ਜੀ? ਹਾਂਜੀ, ਘੁੰਮਣ ਆਇਆ।
ਤੇ ਮਤਲਬ ਕਿ ਇੱਥੇ ਚੁਗਲੀਆਂ ਚਗਲੀਆਂ ਦਾ ਕੰਮ ਕਿੰਨਾ ਕੁ ਚੱਲਦਾ ਇੱਥੇ ਬਾਹਰਲੇ ਮੁਲਕਾਂ 'ਚ? ਚੁਗਲੀਆਂ ਨਹੀਂ ਕਰਦੇ, ਟਾਈਮ ਨਹੀਂ ਲੱਗਦਾ ਜੀ ਕਿ ਚੁਗਲੀਆਂ ਨਹੀਂ ਕਰਦੇ, ਚੁਗਲੀਆਂ ਕਰੀ ਦੀ ਨਹੀਂ। ਵੈਸੇ ਇੱਕ ਨਾ ਜੀ ਸਰਵੇ ਹੋਇਆ ਸੀ, ਉਹਦੇ 'ਚ ਕਹਿੰਦੇ ਸੀ ਵੀ ਜਿਹੜੇ ਬੰਦੇ ਨੇ ਉਹ ਚੁਗਲੀਆਂ ਜ਼ਿਆਦਾ ਕਰਦੇ ਨੇ ਜਨਾਨੀਆਂ ਨਾਲੋਂ, ਤੁਹਾਡਾ ਕੀ ਖਿਆਲ ਹੈ? ਬੰਦੇ ਕਰਦੇ ਆ, ਜਨਾਨੀਆਂ ਨਹੀਂ ਕਰਦੀਆਂ। ਅੱਛਾ ਜੀ, ਅੱਜ ਕੱਲ੍ਹ ਮਤਲਬ ਰਿਵਾਜ ਬਦਲ ਗਿਆ ਜੀ। ਪਹਿਲਾਂ ਤੁਹਾਡਾ ਨਾਮ ਦੱਸ ਦਿਓ ਜੀ। ਮੇਰਾ ਨਾਮ ਊਸ਼ਾ, ਊਸ਼ਾ। ਤੁਹਾਡਾ ਜੀ? ਬਲਦੀਪ ਜੀ। ਅੱਛਾ, ਤੁਹਾਡਾ ਨਾਮ ਜੀ? ਸਵਰਨ ਕੌਰ। ਵਾਹ ਜੀ ਵਾਹ। ਤੇ ਅੱਛਾ, ਇੱਥੇ ਜੋ ਹੁਣ ਸ਼ਾਮ ਨੂੰ ਤੁਸੀਂ ਘੁੰਮਣ ਆਉਂਦੇ ਹੋ ਸਾਰੇ, ਤੇ ਘਰੋਂ ਵਿਹਲੇ ਰੋਟੀ ਰੂਟੀ ਲਾ ਕੇ ਉਹਨਾਂ ਕੇ ਜਾ ਕੇ ਲਾਉਂਦੇ ਹੋ? ਜਾ ਕੇ ਲਾ ਲਈ ਦੀਆਂ, ਜਾ ਕੇ ਪਕਾਈ ਦੀ। ਅੱਛਾ ਜੀ, ਅੱਛਾ, ਮੈਂ ਵੀ ਜਾ ਕੇ ਪਕਾਉਣਾ ਹੁੰਦਾ ਜੀ। ਹਾਂਜੀ, ਮੇਰੀ ਘਰ ਵਾਲੀ ਹੈਗੀ, ਉਹਦਾ ਘਰੇ ਪਰ ਰੋਟੀ ਮੈਂ ਪਕਾਉਣਾ ਜਾ ਕੇ। ਅੱਛਾ, ਮੈਨੂੰ ਦੱਸੋ ਵੀ ਮਤਲਬ ਡਰਾਉਂਦੀ ਬਹੁਤ ਆ ਮੇਰੀ ਘਰ ਵਾਲੀ, ਉਹ ਕਿੱਦਾਂ ਮੈਂ ਉਹਨੂੰ ਰੋਕ ਸਕਦਾ? ਰੋਹ ਬਹੁਤ ਪਾਉਂਦੀ ਹੈ, ਮੈਨੂੰ ਦੱਸੋ ਕੋਈ ਤਰੀਕਾ ਤੁਸੀਂ ਦੱਸੋ ਭੈਣ ਜੀ, ਕਿੱਦਾਂ ਮੈਂ ਉਹਨੂੰ ਬਹੁਤ ਡਰਾਉਂਦੀ, ਮੈਂ ਰੋਹ ਬਹੁਤ ਪਾਉਂਦੀ ਹੈ। ਮੈਂ ਤਾਂ ਨਹੀਂ ਮੰਨਦੀ ਵੀ ਕੋਈ ਲੇਡੀ ਆਪਣੇ ਹਸਬੈਂਡ ਨੂੰ ਡਰਾਉਂਦੀ ਹੋਊਗੀ, ਸਾਰੀਆਂ ਰਿਸਪੈਕਟ ਹੀ ਕਰਦੀਆਂ। ਇੱਕ ਸਿਰਫ ਆਦਮੀਆਂ ਨੇ ਬਦਨਾਮ ਕਰਨ ਵਾਸਤੇ ਇਹ ਇੱਕ ਲਫ਼ਜ਼ ਬਣਾਇਆ, ਵੇਲਣਾ ਆ, ਉਹ ਆ, ਜੇ ਆ, ਐਸੀ ਕੋਈ ਗੱਲ ਨਹੀਂ ਕਿ ਜਨਾਨੀਆਂ ਰਿਸਪੈਕਟ ਕਰਦੀਆਂ ਆਪਣੇ ਆਦਮੀ ਦੀਆਂ। ਅੱਛਾ ਜੀ, ਇਹ ਆ ਵੀ ਕੋਆਪਰੇਸ਼ਨ ਦੇ ਨਾਲ ਹੀ ਘਰ ਚੱਲਦੇ ਆ, ਹਸਬੈਂਡ ਵਾਈਫ ਨੂੰ ਇੱਕ ਦੂਜੇ ਨੂੰ ਕੋਆਪਰੇਟ ਕਰਨਾ ਚਾਹੀਦਾ ਬਸ। ਅੱਛਾ ਜੀ, ਮੇਰੀ ਘਰ ਵਾਲੀ ਇਹੀ ਕਹਿੰਦੀ ਆ, ਕਹਿੰਦੀ ਐਵੇਂ ਬੰਦਿਆਂ ਨੇ ਗੱਲਾਂ ਬਣਾਈਆਂ, ਪਰ ਉਹ ਮੈਨੂੰ ਹੀ ਪਤਾ ਜੀ ਕਿਹੜੀਆਂ ਗੱਲਾਂ ਬਣਾਈਆਂ। ਹਾਂਜੀ, ਤੁਹਾਡਾ ਨਾਮ ਕੀ ਹੈ? ਹਰਜੀਤ ਕੌਰ ਜੀ। ਅਤੇ ਇਹ ਮਤਲਬ ਜਿੱਦਾਂ ਉਹਨਾਂ ਨੇ ਕਿਹਾ ਜੀ, ਭੈਣ ਜੀ ਉਹਨਾਂ ਨੇ ਵੀ ਇਹ ਘਰ ਵਾਲੀਆਂ ਡਰਾਉਂਦੀਆਂ ਨਹੀਂ ਹੈਗੀਆਂ, ਇਹ ਸਹੀ ਗੱਲ ਆ ਜੀ? ਇਹ ਗੱਲ ਸਹੀ ਹੈ, ਨਹੀਂ ਡਰਾਉਂਦੀਆਂ, ਪਰ ਬੰਦੇ ਡਰਾ ਲੈਂਦੇ ਆ। ਇਹ ਤਾਂ ਪੁਰਾਣਾ ਸਮਾਂ ਸੀਗਾ ਜੀ। ਨਹੀਂ ਨਹੀਂ, ਨਵਾਂ ਵੀ ਹੈਗਾ। ਹੁਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਹੋ ਸਕਦੀ ਹੈ, ਜਿਹੜੇ ਹੁਣ ਇਸ ਵੇਲੇ 55 ਜਾਂ 60 ਨੀਅਰ ਅਬਾਊਟ ਆ, ਉਹ ਜਨਾਨੀਆਂ ਆਪਣੇ ਹਸਬੈਂਡ ਦੇ ਬਿਲਕੁਲ ਅੰਡਰ 'ਚ ਨੇ, ਰਿਸਪੈਕਟ ਕਰਦੀਆਂ ਜੀ। ਬਿਲਕੁਲ ਸਹੀ ਗੱਲ ਜੀ। ਆਹ ਜਿਹੜੇ ਲਵ ਮੈਰਿਜ ਵਾਲੇ ਆ ਨਾ ਜੀ, ਇਹ ਧੀ ਇੱਕ ਦਿਨ ਲੜਾਈ ਰਹਿੰਦੀ ਇਹਨਾਂ ਦੀ, ਇਹਨਾਂ ਦੀ ਆ। ਹਾਂਜੀ ਹਾਂਜੀ। ਅਤੇ ਇਹ ਜਿਹੜੀਆਂ ਹੈਗੀਆਂ ਨੇ ਮੈਰਿਜ ਦਾ ਸਕਸੈਸ ਰੇਟ ਜਿਹੜਾ ਅਸੀਂ ਦੇਖੀਏ ਪੰਜਾਬ ਦਾ, ਅੱਜ ਕੱਲ੍ਹ ਤਾਂ ਹੁਣ ਪਹਿਲਾਂ ਲਵ ਮੈਰਿਜ ਕਹਿੰਦੇ ਹੁੰਦੇ ਸੀਗੇ, ਅੱਜ ਤੱਕ ਆਹੀ ਹੋ ਗਈਆਂ, ਫੋਨਾਂ 'ਤੇ ਹੋ ਜਾਂਦੇ ਜੀ ਵਿਆਹ, ਵੀ ਸਾਰੇ ਫੋਨਾਂ 'ਤੇ ਹੋ ਗਏ, ਕੋਈ ਵਟਸਐਪ 'ਤੇ, ਕੋਈ ਇੰਟਰਨੈਟ 'ਤੇ ਵਿਆਹ, ਇੰਟਰਨੈਟ 'ਤੇ ਹੀ ਤਲਾਕ ਤਲੂਕ ਹੋ ਜਾਂਦੇ ਆ। ਅਤੇ ਸਕਸੈਸ ਰੇਟ ਜਿਹੜਾ ਵਿਆਹ ਦਾ, ਲਵ ਮੈਰਿਜ ਦਾ ਜ਼ਿਆਦਾ ਵਧੀਆ ਕਿ ਅਰੇਂਜ ਮੈਰਿਜ ਦਾ? ਅਰੇਂਜ ਮੈਰਿਜ ਦਾ ਵਧੀਆ। ਤੁਹਾਡਾ ਕਿੱਦਾਂ ਹੋਇਆ? ਹਾਂਜੀ, ਤੁਹਾਡਾ ਕਿੱਦਾਂ ਹੋਇਆ? ਮੇਰਾ ਵਿੱਚ ਵਿਚਾਲਾ ਸੀ। ਹਾਂਜੀ ਹਾਂਜੀ, ਉਹ ਤੱਕ ਦੇਖ ਦਿਖਾਈ ਅਸੀਂ, ਅਤੇ ਮੈਂ ਮਤਲਬ ਪਰ ਜੇ ਉਹ ਕੰਮ ਬਾਕੀ ਲਵ ਮੈਰਿਜ ਵਾਲੇ ਹੀ ਹੈ ਜੀ। ਅੱਛਾ, ਚਲੋ ਫੇਰ ਤਾਂ ਬਹੁਤ ਸੋਹਣਾ, ਰੂਪ ਪਾਉਣ ਵਾਲੇ ਜੀ। ਰੋਟੀ ਬਣਾ ਕੇ ਦਿੰਦਾ ਹਨਾ? ਹਾਂਜੀ ਹਾਂਜੀ ਹਾਂਜੀ, ਤਾਂ ਰੋਟੀ ਪਕਾਉਣੀ ਪੈਂਦੀ ਤੈਨੂੰ। ਹਾਂਜੀ ਹਾਂਜੀ, ਅਸਲ 'ਚ ਜੀ ਲਵ ਮੈਰਿਜ ਵਾਲਾ ਲਵ ਪਹਿਲਾਂ ਹੀ ਖਤਮ ਹੋ ਜਾਂਦਾ, ਬਾਅਦ 'ਚ ਬਚਦਾ ਹੀ ਕੁਛ ਨਹੀਂ। ਪਰ ਇਹ ਕਹਿਣ ਨੂੰ ਗੱਲਾਂ, ਰਿਸਪੈਕਟ ਹੁਣ ਵੀ ਬਹੁਤ ਕਰਦੇ ਆ, ਮੇਰੀ ਨੂੰਹ ਆਈ ਆ, ਰਿਸਪੈਕਟ ਮੇਰੇ ਪੁੱਤਰੀ ਬਹੁਤ ਕਰਦੀ ਆ। ਉਹ ਤੁਹਾਡੀ ਨਹੀਂ ਕਰਦੀ? ਨਹੀਂ ਕਰਦੀ, ਸਾਡੀ ਵੀ ਕਰਦੀ ਆ, ਤੁਸੀਂ ਕਹਿੰਦੇ ਵਾ ਅੱਜ ਕੱਲ੍ਹ ਦੇ ਨਹੀਂ ਕਰਦੀਆਂ, ਪਰ ਕਰਦੀਆਂ, ਮੇਰੀ ਨੂੰਹ ਆਈ ਆ, ਮੇਰੀ ਨੂੰਹ ਤਾਂ ਕਰਦੀ। ਪੁੱਤ ਨੂੰ ਪੁੱਛ ਕੇ ਦੇਖੋ ਜੀ। ਨਹੀਂ, ਪੁੱਤ ਨੂੰ ਪੁੱਛੇ, ਪੁੱਤ ਨੂੰ ਰੋਜ਼ ਪੁੱਛਦੀ, ਕੋਲੇ ਹੀ ਹੁੰਦਾ ਪੁੱਤ। ਹਾਂਜੀ ਹਾਂਜੀ, ਨਹੀਂ ਮੂੰਹ ਨਹੀਂ ਖੋਲ ਸਕਦੇ ਨਾ ਜੀ, ਇੱਦਾਂ ਫਿਰ ਦੱਸ ਨਹੀਂ ਸਕਦੇ। ਨਹੀਂ ਨਹੀਂ, ਸਭ ਦੇ ਵਿੱਚ ਪਿਆਰ ਬਣਿਆ ਰਹਿਣਾ ਚਾਹੀਦਾ। ਹਾਂਜੀ ਸਰ, ਬਹੁਤ ਚੰਗੇ ਪੁੱਤ ਵੀ ਚੰਗੇ ਆ, ਨੋਹਾਂ ਵੀ ਚੰਗੀਆਂ, ਆਪ ਚੰਗੇ ਚਾਹੀਦੇ ਆ। ਆਪ ਚੰਗੇ ਚਾਹੀਦੇ ਆ ਜੀ। ਅਤੇ ਉੱਦਾਂ ਅੱਜ ਕੱਲ੍ਹ ਨੂੰਹ ਸੱਸ ਦੀ ਲੜਾਈ ਤਾਂ ਘੱਟ ਗਈ ਜੀ ਪਿੰਡ ਘਰਾਂ 'ਚ? ਘੱਟ ਗਈ ਆ। ਹਾਂਜੀ, ਨਹੀਂ ਹੁਣ ਹੈ ਨਹੀਂ ਲੜਾਈਆਂ, ਅੱਜ ਕੱਲ੍ਹ ਹੈ ਨਹੀਂ। ਵੇਲ ਹੀ ਨਹੀਂ ਮਿਲਦੀ ਜੀ? ਵੇਲ ਮਿਲਦਾ ਹੀ ਨਹੀਂ, ਸੱਚੀ ਨਹੀਂ ਮਿਲਦਾ। ਹਾਂਜੀ ਹਾਂਜੀ, ਲੋ ਜੀ ਉਹ ਕਹਿੰਦੇ ਜੀ ਲੜਾਈ ਹੁੰਦੀ ਨਹੀਂ, ਵੱਖਰੀਆਂ ਹੋ ਜਾਂਦੇ, ਪਹਿਲੇ ਵੱਖਰੇ ਹੋ ਜਾਂਦੇ ਜੀ। ਲੜਾਈ ਕਾਹਦੀ ਹੋਣੀ, ਲੜਾਈ ਹੋਣੀ ਨਹੀਂ, ਫਿਰ ਤਾਂ ਬਾਅਦ ਵਿੱਚ। ਬਿਲਕੁਲ ਹਾਂਜੀ। ਵੈਸੇ ਉਦਾਂ ਯੂਨੀਵਰਸਲ ਜੋਕ ਜਿਹੇ ਬਣੇ ਜੀ, ਬੜੇ ਚੁਟਕਲੇ ਬਹੁਤ ਬਣੇ ਆ ਘਰ ਵਾਲੀਆਂ ਅਤੇ ਘਰ ਵਾਲਿਆਂ 'ਤੇ, ਬੜੇ ਬਣੇ ਵੀ ਉਹ ਮਤਲਬ ਡਰਾ ਕੇ ਰੱਖਦੀਆਂ, ਇਹ ਕਰਦੀਆਂ, ਉਹ ਕਰਦੀਆਂ। ਵੈਸੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜੀ। ਹਾਂ, ਡਰਾ ਕੇ ਰੱਖਦੀਆਂ, ਰੱਖਣਾ ਉਹਨਾਂ ਦਾ ਹੱਕ ਬਣਦਾ ਜੀ, ਉਹਨਾਂ ਦਾ ਐਸੀ ਗੱਲ ਨਹੀਂ ਹੈਗੀ। ਚਲੋ ਅੱਗੇ ਚੱਲਦੇ ਜੀ, ਦੇਖਦੇ ਕੀ ਹੈ ਮਾਹੌਲ। ਥੈਂਕ ਯੂ ਜੀ ਤੁਹਾਡਾ। ਇਹ ਆਹ ਦੇਖੋ ਜੀ, ਵਾਹ ਵਾਹ, ਸੀਬ ਦੀ ਚੱਲ ਰਹੀ ਹੈ, ਬੋਲ ਕੇ ਨਾ ਖੇਡ ਕਾਕਾ, ਕੰਮ ਨਾ ਖਰਾਬ ਹੋਵੇ, ਆਪਣਾ ਪੰਜਾਬ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹਨੂੰ ਕਹਿੰਦੇ ਜੀ ਸੱਥ ਵਿੱਚ ਸੀਫ ਖੇਡਾਂ ਬਾਬਿਆਂ ਦੀ ਢਾਣੀ ਨਾਲ, ਆੜੀ ਨੇ ਬਣਾ ਤੇ 13 ਯੱਕਾ ਪਾ ਕੇ ਰਾਣੀ ਨਾਲ। ਵਾਹ ਜੀ ਵਾਹ, ਵਾਹ ਜੀ। ਆਹ ਸੈਕਰਾਮੈਂਟੋ ਦੇਖੋ ਜੀ, ਪਾਰਕ ਦੇ ਵਿੱਚ ਕਿੰਨਾ ਵਧੀਆ ਮਾਹੌਲ ਬਣਿਆ। ਇੱਥੇ ਕਹਿੰਦੇ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਪਰ ਇੱਥੇ ਕਹਿੰਦੇ ਖੜ ਕੇ ਦੇਖ ਜਵਾਨਾਂ ਬਾਬੇ ਤਾਸ਼ ਖੇਡਦੇ ਨੇ। ਪਰ ਸੌਰੀ ਜੀ, ਬਾਬੇ ਕਹਿਣਾ ਨਹੀਂ ਚਾਹੀਦਾ, ਯੰਗ ਮੈਨ, ਯੂ ਆਰ ਆਲ ਯੰਗ ਮੈਨ, ਐਸੀ ਗੱਲ ਨਹੀਂ। ਤੁਸੀਂ ਨਹੀਂ ਨਹੀਂ, ਤੁਸੀਂ ਜਵਾਨ ਹੋ ਜੀ, ਬੜੇ ਦਿਲ ਹੋਣਾ ਚਾਹੀਦਾ ਜਵਾਨ। ਉਮਰਾਂ 'ਚ ਕੀ ਰੱਖਿਆ ਜੀ, ਦਿਲ ਹੋਣਾ ਚਾਹੀਦਾ ਜਵਾਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਬਲਵਿੰਦਰ ਸਿੰਘ ਜੀ। ਬਲਵਿੰਦਰ ਭਾਈ, ਕਿਹੜਾ ਏਰੀਆ ਉਧਰੋਂ ਪੰਜਾਬ ਤੋਂ ਜੀ? ਜੀ ਮੇਰਾ ਹਰਿਆਣੇ ਤੋਂ ਜੀ। ਹਰਿਆਣੇ ਤੇ? ਹਾਂਜੀ। ਹਾਂ, 3-5 ਮਤ ਕਰੀਏ, ਗੋਡਿਆਂ ਨੀਚੇ ਧਰ ਲਿਆਂਗਾ। ਹਾਂ, ਮੈਂ ਹਰਿਆਣੇ ਕਾ ਛੋਰਾ, ਪਿਆਰ ਕੀ ਹਾਮੀ ਭਰ ਲਿਆਂਗਾ। ਹਾਂਜੀ, 3-5 ਮਤ ਕਰੀਏ, ਗੋਡਿਆਂ ਨੀਚੇ ਧਰ ਲਿਆਂਗਾ। ਵਾਹ ਜੀ ਵਾਹ। ਹਰਿਆਣੇ ਦੇ ਇੱਥੇ ਫਿਰ ਆ ਕੇ ਪਾਰਕ ਦੇ ਵਿੱਚ ਕੀ ਮਾਹੌਲ ਆ ਜੀ? ਬਹੁਤ ਵਧੀਆ ਮਾਹੌਲ ਆ ਜੀ, ਬਹੁਤ ਵਧੀਆ। ਨਹੀਂ, ਕਿਸ ਪੱਖੋਂ ਜੀ ਵਧੀਆ? ਆਪਸ ਰਲ ਮਿਲ
ਮੈਨੂੰ 1700 ਜੀ। ਵਾਹ ਜੀ ਵਾਹ। ਤੇ ਕਿੰਨੀ ਦੇਰ ਹੋ ਗਈ ਇੱਧਰ ਆਇਆ ਨੂੰ? ਆਇਆ ਨੂੰ ਹੋ ਗਿਆ 12 ਸਾਲ। ਬਸ ਥੋੜਾ ਦੇਰ ਹੀ ਹੋਇਆ ਜੀ ਅਜੇ। ਫਿਰ ਚੇਤਾ ਨਹੀਂ ਆਉਂਦਾ ਜੀ ਪੰਜਾਬ ਦਾ? ਪੰਜਾਬ ਦਾ ਚੇਤਾ ਹੀ ਆਉਂਦਾ ਕਿ? ਅੱਛਾ ਜੀ। ਫਿਰ ਜਾਇਆ ਉਹਨੇ ਗੇੜਾ ਕੱਢਿਆ ਉਹਨਾਂ ਕਿ ਨਹੀਂ? ਕੱਢਿਆ ਉਹਨੇ ਜੀ। ਅਤੇ ਹੁਣ ਕੀ ਮਾਹੌਲ ਲੱਗਦਾ ਜਦੋਂ 12 ਸਾਲ ਪਹਿਲਾਂ ਆਏ ਸੀ ਪੰਜਾਬ ਦੇ ਵਿੱਚ? ਕੀ ਰੰਗਲਾ ਪੰਜਾਬ ਆ, ਕੋਈ ਫਰਕ ਪਿਆ ਜੀ? ਪੰਜਾਬ ਤਾਂ ਆਪਣਾ ਵਿਸ਼ੇਸ਼ ਭੁੱਲਦਾ ਕਿਤੇ? ਹਾਂ ਜੀ। ਬਸ ਲੀਡਰ ਤਾਂ ਬਥੇਰੀ ਕੋਸ਼ਿਸ਼ ਕਰਦੇ ਭੁੱਲ ਜਾਵੇ ਵੀ ਨਾ ਹੋ ਤੁਸੀਂ ਪੰਜਾਬ। ਨਹੀਂ ਜੀ, ਨਹੀਂ ਇਹ ਭੁੱਲ ਨਹੀਂ ਸਕਦਾ। ਤੁਹਾਡਾ ਕੀ ਨਾਮ ਜੀ? ਇਹ ਰਾਮ ਸਿੰਘ ਜੀ। ਅੱਛਾ ਜੀ, ਤੁਹਾਡਾ ਕਿਹੜਾ ਏਰੀਆ? ਗੰਗਾ ਨਗਰ ਜ਼ਿਲ੍ਹਾ ਹੈ। ਅੱਛਾ, ਤੁਹਾਡਾ ਉੱਧਰ ਹੈਗਾ ਰਾਜਸਥਾਨ ਦਾ ਜੀ? ਠੀਕ ਹੈ। ਵਾਹ ਜੀ ਵਾਹ ਵਾਹ, ਇਹ ਤਾਂ ਬਹਿਜਾ ਬਹਿਜਾ ਹੋ ਗਈ ਜੀ ਪੂਰਾ ਪੰਜਾਬ ਜਿਹੜਾ ਹੈਗਾ। ਮੈਂ ਕਹਿੰਦਾ ਪਾਕਿਸਤਾਨ ਦੇ ਪੰਜਾਬ ਦੇ ਵੀ ਪੰਜਾਬੀ ਮਿਲ ਜਾਣੇ ਇੱਥੇ ਸਾਨੂੰ ਕਿਤੇ ਨਾ ਕਿਤੇ। ਹੋਰ ਦੱਸੋ, ਦਿਲ ਤਾਂ ਲੱਗਿਆ ਹੋਇਆ ਜੀ? ਦਿਲ ਤਾਂ ਲੱਗਿਆ ਹੀ ਹੈ ਜੀ। ਔਖੀ ਚੀਜ਼ ਕਿਹੜੀ ਲੱਗਦੀ ਹੈ ਜੀ ਇੱਧਰ ਇਸ ਉਮਰ 'ਚ ਆ ਕੇ? ਜਾਣੀ ਕਿ ਚਲੋ ਮੇਰੀ ਵੀ ਤੁਹਾਡੇ ਕੋਲ ਜਿੰਨੀ ਉਮਰ ਹੋਣੀ ਹੈ। ਚਲੋ ਇੱਥੇ ਬੋਲੀ ਬਾਲੀ ਦਾ ਹੀ ਥੋੜ੍ਹੀ ਜਿਹੀ ਤਕਲੀਫ ਹੈ, ਹੋਰ ਤਾਂ ਕੋਈ ਨਹੀਂ ਸਾਨੂੰ। ਬਾਕੀ ਵਧੀਆ ਜੀ, ਠੀਕ ਹੈ ਜੀ। ਹਾਂਜੀ, ਅਤੇ ਤੁਹਾਡਾ ਕੀ ਨਾਂ ਜੀ? ਸਾਡਾ ਨਾਂ ਜਗਰਾਂਟ ਸਿੰਘ ਧਾਲੀਵਾਲ ਜੀ। ਵਾਹ ਜੀ ਧਾਲੀਵਾਲ ਸਾਹਿਬ। ਅਤੇ ਹੁਣ ਕੌਣ ਜਿੱਤਿਆ ਜੀ ਸੀਪ? ਹਾਂਜੀ, ਹਜੇ ਤਾਂ ਅਸੀਂ ਜਿੱਤੇ ਹਾਂ ਜੀ। ਹਾਂਜੀ ਹਾਂਜੀ ਹਾਂਜੀ, ਹਾਰਦੇ ਨਹੀਂ ਜੀ, ਹਾਰਦੇ ਜੁਗਾੜ ਜ਼ਰੂਰ ਕਰ ਲਈਦਾ ਮਾੜਾ ਮੋਟਾ। ਅੱਛਾ ਅੱਛਾ, ਇਹ ਸੀਪ ਵੀ ਵੈਸੇ ਦੇਖੋ ਜੀ ਤਾਸ਼ ਵੀ ਇੱਕ ਭੁਸ ਹੈਗਾ, ਅਤੇ ਘਰੋਂ ਘਰੋਂ ਸੁਨੇਹਾ ਆ ਜਾਏ ਵੀ ਆ ਜਾਓ ਘਰੇ ਕੰਮ, ਕਿਉਂ ਕਹਿੰਦੇ ਹੁਣ ਆਹ ਬਾਜੀ ਲਾ ਕੇ ਆਏ ਬਾਜੀ। ਇਹ ਤਾਂ ਬੁੜੀ ਵੀ ਉਹ ਮਰੀ ਵੀ ਹੋਵੇ ਉਹ ਵੀ ਰੱਖ ਲਈਦਾ ਵੀ ਬਾਜੀ ਸਿਰੇ ਚਾਲ ਡਿੱਗੀ ਫਿਰ ਚੱਲਦੇ ਆ ਬੁੜੀ ਨੂੰ ਫੂਕਣ। ਇਹ ਗੱਲ ਹੈਗੀ ਮਸ਼ਹੂਰ ਵੀ, ਉਹਨੂੰ ਕਿਹਾ ਵੀ ਬੁੜੀ ਬਿਮਾਰ ਆ, ਔਖੇ ਸਾਹ ਲੈ ਰਹੀ ਘਰੇ ਆ ਜਾ, ਉਹ ਕਹਿੰਦੇ ਵੀ ਆਹ ਬਾਜੀ ਲਾ ਕੇ ਆਇਆ, ਉਹ ਬਾਅਦ 'ਚ ਕਹਿੰਦੇ ਮਰ ਗਈ ਘਰੇ ਆ ਜਾ, ਕਹਿੰਦਾ ਬਸ ਆਹ ਬਾਜੀ ਤੁਸੀਂ ਦੁਆਓ ਤਾਂ ਆਊ ਮੈਂ ਆਇਆ, ਫਿਰ ਕਹਿੰਦੇ ਤੁਸੀਂ ਐਂ ਕਰੋ ਇੱਥੇ ਲੈ ਆਓ, ਇੱਥੋਂ ਨਾਲ ਰਲ ਜੂ। ਪੰਜਾਬ ਤੋਂ ਸਾਡਾ ਪਿੰਡ ਬਿਲਾਸਪੁਰ ਆ ਜੀ। ਅੱਛਾ ਜੀ। ਮੋਗਾ ਬਰਨਾਲਾ ਰੋਡ ਦੇ ਉੱਤੇ ਸੈਂਟਰ 'ਤੇ ਪੈਂਦਾ ਜੀ, ਅਤੇ ਪਿੰਡ ਬੜਾ ਸਿਆਸੀ ਬੜਾ ਪੁਰਾਣਾ ਹੈਗਾ ਜੀ। ਸਿਆਸਤ ਬਾਰੇ ਕੀ ਵਿਚਾਰ ਆ ਪੰਜਾਬ ਦੀ? ਪੰਜਾਬ ਦੀ ਸਿਆਸਤ ਬਾਰੇ ਹੁਣ ਤਾਂ ਇਸ ਤਰ੍ਹਾਂ ਦਾ ਹੋਇਆ ਪਿਆ ਕਿ ਲੋਕ ਤਾਂ ਉੱਥੇ ਰਹਿਣਾ ਹੀ, ਮਤਲਬ ਸਿਕਿਉਰਿਟੀ ਕਨੂੰ ਹੀ ਬੜਾ ਜ਼ਿਆਦਾ ਮਾੜਾ ਹੋ ਗਿਆ ਜੀ ਸਿਸਟਮ। ਇਹਦਾ ਹੱਲ ਕੀ ਵੀ ਤੁਹਾਡੇ ਹਿਸਾਬ ਨਾਲ? ਹੱਲ ਇਹਦੇ ਨਾਲ ਇਹ ਹੈਗਾ ਕਿ ਜਦੋਂ ਕਹਿੰਦੇ ਹੁੰਦੇ ਆ ਵੀ ਇਹੋ ਜਿਹੇ ਹਾਲਾਤ ਹੋ ਜਾਣ, ਕੋਈ ਨਾ ਕੋਈ ਪੋਲੀਟੀਕਲ ਤਬਦੀਲੀ ਆਉਣੀ ਦੀ ਸੰਭਾਵਨਾ। ਚਲੋ ਜੀ, ਤੁਹਾਨੂੰ ਮੁੱਖ ਮੰਤਰੀ ਬੁਲਾਉਣ ਕਹਿ ਸੁਣ ਕੇ? ਹਾਂਜੀ, ਜੇ ਬਣ ਵੀ ਗਏ ਤਾਂ ਥੋੜ੍ਹਾ ਜਿਹਾ ਹੈਗਾ ਜੀ ਕਰੜੇ ਸਟੈਪ ਹੀ ਲੈਣੇ ਪੈਣੇ ਆ। ਠੀਕ ਹੈ ਜੀ। ਥੋੜ੍ਹਾ ਜਿਹਾ ਦਿਮਾਗ ਕਹਿੰਦੇ ਹੁੰਦੇ ਵੀ ਅਨਪੜ੍ਹ ਰਾਜਕਾਰਨ ਲਾ ਦੇਈਏ ਤਾਂ ਸੁਧਾਰ ਹੋ ਜੂਗਾ, ਜਿਹੜੇ ਆ ਜ਼ਿਆਦਾ ਪੜ੍ਹੇ ਪਏ ਆ ਇਹ ਕਾਨੂੰਨ ਨੂੰ ਟੇਢੇ ਤਰੀਕੇ ਨਾਲ ਵਰਤਣ ਦੇ ਤਰੀਕੇ ਬਹੁਤ ਜਾਣਦੇ ਆ। ਜਿਹੜਾ ਹੈਗਾ ਗਾ ਜਟਕਾ ਸਾਹਿਬ ਉਹ ਨਿਕਲ ਨਹੀਂ ਦਿੰਦਾ, ਉਹਨੇ ਜਿਹੜਾ ਮੂਲਾ ਕਦਮ ਚੁੱਕਣਾ ਉਹਦੇ 'ਚ ਰਾਹ ਨਹੀਂ ਕੋਈ ਛੱਡਣਾ। ਬਾਬ ਕਰਾਤੀ ਤਾੜੀਆਂ ਮਾਰ ਦੇ ਉਹਨਾਂ ਨਾਂ ਦੇ, ਇਹ ਸਮਝੋ ਜੀ ਆਪਾਂ ਹੋ ਸਕਦਾ ਮੁੱਖ ਮੰਤਰੀ ਬਣੀ ਜਾਣੀ ਆਉਣ ਵਾਲੇ ਸਮੇਂ 'ਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਦੁਆਬਾ ਦੇਖੋ ਜੀ, ਦੁਆਬਾ ਬਹੁਤ ਵਧੀਆ ਹੈਗਾ, ਪੁਰਾਣੇ ਲੋਕ ਬਹੁਤ ਆਏ ਨੇ ਦੁਆਬੇ ਦੇ ਵਿੱਚੋਂ। ਤੇ ਕਿੰਨੀ ਦੇਰ ਜਾਏ ਹੋ ਜੀ ਇੰਡੀਆ? ਕਿੰਨੀ ਦੇਰ ਬਾਅਦ? 7 ਕੁ ਬਾਅਦ ਜਾਏ ਹੋ? ਵਾਹ ਜੀ ਵਾਹ, ਵਧੀਆ ਲੱਗਦਾ ਉੱਥੇ? ਵਧੀਆ ਨਹੀਂ, ਚਲੋ ਆਪਣਾ ਕਾਰੋਬਾਰ ਉੱਥੇ ਹੈਗਾ ਆ, ਅਟੈਚਮੈਂਟ ਹੀ ਆ, ਊਂ ਵਧੀਆ ਸਿਸਟਮ ਸੁਸਟਮ ਤਾਂ ਸਰਕਾਰਾਂ ਨੇ ਉੱਥੇ। ਵਧੀਆ, ਅਸੀਂ ਕਿਹੜਾ ਸਰਕਾਰ ਦੇ ਵਿੱਚ ਹਾਂ, ਅਸੀਂ ਜਾਣਾ ਵਾ ਮੈਂ ਫਿਰ ਤੁਰ ਕੇ ਆ ਜਾਣਾ ਬਸ। ਠੀਕ ਹੈ ਜੀ, ਠੀਕ ਹੈ, ਚਲੋ ਮਿਹਰਬਾਨੀ ਜੀ। ਹਾਂਜੀ, ਤੁਹਾਡਾ ਕੀ ਨਾਂ ਜੀ? ਮਹਿੰਦਰ ਸਿੰਘ ਜੀ। ਮਹਿੰਦਰ ਸਿੰਘ ਜੀ, ਮਹਿੰਦਰ ਸਿੰਘ ਜੀ ਕਿਹੜਾ ਏਰੀਆ ਜੀ? ਮੋਗਾ। ਮੋਗਾ ਕਹਿੰਦੇ ਚਿੱਕੜ ਜੋਗਾ ਕਿ ਚਾਹ ਜੋਗਾ? ਚਾਹ ਜੋਗਾ। ਮੋਗਾ ਕਹਿੰਦੇ ਚਿੱਕੜ ਜੋਗਾ ਵੀ ਕਹਿੰਦੇ ਮੀਂਹ ਧਰਮਕੋਟ ਹੁੰਦਾ, ਮੋਗੇ ਪਹਿਲਾਂ ਚਿੱਕੜ ਹੋ ਜਾਂਦੇ ਸੀ, ਹੁਣ ਤਾਂ ਬਹੁਤ ਸੁਧਾਰ ਹੋ ਗਿਆ ਜੀ। ਬਹੁਤ ਜ਼ਿਆਦਾ। ਠੀਕ ਹੈ ਜੀ, ਅਤੇ ਜਿਹੜੇ ਪੰਜਾਬ ਦੀ ਰਾਜਨੀਤੀ ਬਾਰੇ ਤੁਹਾਡੇ ਕੀ ਵਿਚਾਰ ਨੇ, ਵੀ ਕਿੱਦਾਂ ਦਾ ਹੋਣਾ ਚਾਹੀਦਾ ਪੰਜਾਬ ਦਾ ਮਾਹੌਲ? ਸਭ ਲੁੱਟਾਂ ਖੋਹਾਂ ਚੱਲਦੀਆਂ ਹੈ ਜੀ। ਠੀਕ ਹੈ ਜੀ, ਲਓ ਜੀ ਇੱਧਰ ਵੀ ਕਰ ਲੈਂਦੇ ਗੱਲ, ਇੱਧਰ ਰਹਿ ਗਏ ਨੇ ਆਪਣੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਡਾ ਨਾਮ? ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ, ਏਰੀਆ? ਜਲੰਧਰ ਜ਼ਿਲ੍ਹਾ। ਠੀਕ ਹੈ ਜੀ, ਜਲੰਧਰ ਜੀ। ਇੱਥੇ ਕਿੰਨੀ ਦੇਰ ਹੋ ਗਈ ਜੀ, ਅਤੇ ਕੀ ਇੱਥੇ ਔਖਾ ਔਖਿਆਈ ਕਿਸ ਕੰਮ ਦੀ ਲੱਗਦੀ ਹੈ? ਅੱਛਾ, ਹੁਣੇ ਆਏ ਹੋਏ ਜੀ? ਫਿਰ ਠੀਕ ਹੈ ਜੀ, ਫਿਰ ਤਾਂ ਬੜਾ ਵਧੀਆ। ਦੇਖੋ ਮਾਹੌਲ ਕਿੰਨਾ ਵਧੀਆ ਜੀ, ਕਿੰਨਾ ਵਧੀਆ ਮੌਸਮ ਵਾਤਾਵਰਨ ਹੈ, ਗਰਮੀ ਵਾਲੇ ਪੰਜਾਬ ਵਰਗੀ ਇੱਥੇ। ਹਾਂਜੀ, ਨਹੀਂ ਠੀਕ ਆ, ਪੰਜਾਬ ਨਾਲ ਘੱਟ ਆ ਗਰਮੀ, ਇੱਥੇ ਇੱਦਾਂ ਪੰਜਾਬ 'ਚ ਜ਼ਿਆਦਾ ਗਰਮੀ ਆ। ਤੁਸੀਂ ਜੇਬ 'ਚ ਹੱਥ ਕਦੋਂ ਪਾਇਆ? ਪੈਸੇ ਪੂਏ ਦੇਣੇ ਮੈਨੂੰ? ਪਰਮਾਤਮਾ
60 ਸਾਲ ਹੋ ਗਏ ਇਹਨੂੰ ਪੈਨਸ਼ਨ ਲੈਂਦੇ ਨੇ ਬੁੜੇ ਨੂੰ ਲੱਕ ਤੋਂ ਉੱਤੇ ਰਹੀ ਆ ਸਰ ਬਸੇਰੀ ਬੜਾ ਮੈਂ ਕਹਿੰਦਾ ਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇੰਨੀਆਂ ਉਮਰਾਂ ਸਭ ਨੂੰ ਬਖਸ਼ੇ ਜੀ ਹਾਂਜੀ ਤੁਹਾਡਾ ਨਾਮ ਪਾਲ ਸਿੰਘ ਪਾਲ ਸਿੰਘ ਜੀ ਹਾਂਜੀ ਤੁਹਾਡਾ ਏਰੀਆ ਕਿਹੜਾ ਗੁਰਦਾਸਪੁਰ ਵਾਹ ਜੀ ਵਾਹ ਅਤੇ ਏਰੀਆ ਬੜਾ ਵਧੀਆ ਤੁਹਾਡਾ ਗੁਰਦਾਸਪੁਰ ਦਾ ਅਤੇ ਗੁਰਦਾਸਪੁਰ ਦੀ ਕਿਹੜੀ ਚੀਜ਼ ਮਸ਼ਹੂਰ ਆ ਜੀ ਗੁਰਦਾਸਪੁਰ ਦੀ ਹੋਈ ਆ ਵੇਖ ਲਓ ਜੀ ਮੈਂ ਕਿਹੜਾ ਸਾਨੂੰ 7 ਸਾਲ ਹੋਇਆ ਹੁਣ ਤਾਂ ਸਨੀ ਦਿਓਲ ਮਸ਼ਹੂਰ ਉੱਥੋਂ ਦਾ ਸਨੀ ਦਿਓਲ ਜਿੱਤ ਗਿਆ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਉਹ ਫਿਲਮੀ ਐਕਟਰਾਂ ਨੂੰ ਵੋਟਾਂ ਕਿਉਂ ਪਾਉਂਦੇ ਜੀ ਮੈਨੂੰ ਸਮਝ ਨਹੀਂ ਆਈ ਹੁਣ ਤੱਕ ਮਹਾਰਾਜ ਜਾਣਦਾ ਵੀ ਕੀ ਪਤਾ ਕੀ ਖਿਆਲ ਆ ਉਹਨਾਂ ਦਾ ਚਲੋ ਠੀਕ ਹੈ ਜੀ ਮਿਹਰਬਾਨੀ ਜੀ ਇੱਧਰ ਤਾਂ ਹੋ ਗਈ ਮੇਰੇ ਖਿਆਲ ਗੱਲ ਹੋ ਗਈ ਤੁਹਾਡਾ ਨਾਲ ਇੱਧਰ ਹੈਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਏਰੀਆ ਦੱਸ ਦਿਓ ਅਤੇ ਬਾਕੀ ਫਿਰ ਨਾਮ ਮੇਰਾ ਸੁਰਿੰਦਰ ਸਿੰਘ ਮਨਿਹਾਸ ਜੀ ਮੇਰਾ ਜਲੰਧਰ ਆਦਮਪੁਰ ਦੁਆਬਾ ਅਤੇ ਇਹ ਆਪਾਂ ਹੁਣ ਕੈਲੀਫੋਰਨੀਆ 'ਚ ਹੈਗੇ ਸੈਕਰਾਮੈਂਟੋ ਬੜਾ ਸੋਹਣਾ ਹੈਗਾ ਬਣਿਆ ਹੋਇਆ ਸਾਰਾ ਬੜਾ ਵਧੀਆ ਅਤੇ ਜਿਹੜੇ ਆਪਣੇ ਲੀਡਰ ਕਹਿੰਦੇ ਸੀ ਖਾਸ ਤੌਰ 'ਤੇ ਆਪਣੇ ਮੇਰੇ ਖਿਆਲ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਕੈਲੀਫੋਰਨੀਆ ਬਣਾ ਦਾਂਗੇ ਤਾਂ ਕੀ ਕਰਨਾ ਚਾਹੀਦਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਲਈ ਬਣਾਈ ਤਾਂ ਜਾਂਦੇ ਆ ਉਹ ਆਪਣਾ ਕੈਲੀਫੋਰਨੀਆ ਬਣਦਾ ਬਾਕੀ ਲੋਕਾਂ ਦਾ ਨਹੀਂ ਨਾ ਬਣਦਾ ਉਹ ਆਪਣਾ ਤਾਂ ਬਣਾਈ ਜਾਂਦੇ ਆ ਤਾਂ ਵੀ ਖਤਰਾ ਜੇ ਨਹੀਂ ਹੈਗਾ ਤਾਂ ਨਹੀਂ ਆਪਾਂ ਜੇ ਕੈਲੀਫੋਰਨੀਆ ਨੂੰ ਪੰਜਾਬ ਬਣਾਉਣਾ ਫਿਰ ਕੀ ਕਰ ਸਕਦੇ ਕੈਲੀਫੋਰਨੀਆ ਪੰਜਾਬ ਤਾਂ ਮੁਸ਼ਕਲ ਆ ਜੇ ਅਜੇ ਤਾਂ ਇੰਤਜ਼ਾਮ ਚੰਗੇ ਆ ਨਹੀਂ ਬਣ ਜੂਗਾ ਕੈਲੀਫੋਰਨੀਆ ਇੱਥੇ ਬਿਜਲੀ ਦੇ ਕੱਟ ਕੁੱਟ ਲਾਉਣੇ ਪੈਣੇ ਆ ਰੇਤਾ ਮਹਿੰਗੀ ਕਰਨੀ ਪੈਣੀ ਹੈ ਪੀਜ਼ਾ ਸਸਤਾ ਕਰਨਾ ਪੈਣਾ ਉਹੀ ਤਾਂ ਵੀ ਇੱਥੇ ਇੰਤਜ਼ਾਮ ਠੀਕ ਆ ਜੇ ਇਹਨੂੰ ਔਖਾ ਬਣਾਉਣਾ ਪੰਜਾਬ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਬਹੁਤ ਔਖਾ ਜੇ ਕਦੇ 100 ਸਾਲ ਬਾਅਦ ਬਿਸ਼ੱਕ ਹੋ ਜੂਗਾ ਜੀ ਮੈਂ ਕਹਿੰਦਾ ਜੀ ਗਲਤੀ ਨਾਲ ਜੇ ਲੀਡਰ ਆਪਣੇ ਪੰਜਾਬ ਦੇ ਆ ਗਏ ਉਹਨਾਂ ਨੇ ਕੈਲੀਫੋਰਨੀਆ ਨੂੰ ਪੰਜਾਬ ਬਣਾ ਦੇਣਾ ਥਾਂ ਥਾਂ ਤੇ ਜੇ ਤਾਂ ਬਣਾ ਦਿਆ ਪਾਕਿਸਤਾਨ ਬਣਾ ਰਹੇ ਉਹਨੂੰ ਜਿਹੜੀਆਂ ਲੁੱਟਾਂ ਖੂਹਾਂ ਟੇਡਾ ਬੇਡਾ ਤਰੀਕਾ ਉਹ ਸਾਰਾ ਇਹਦੇ ਨੂੰ ਵੀ ਸਿਖਾਉਂਦੇ ਜਾਂਦੇ ਆ ਕੁਛ ਨਾ ਕੁਛ ਇਲੈਕਸ਼ਨ ਦੇ ਟਾਈਮ 'ਚ ਧੱਕਾ ਕੋਈ ਪੈਸਾ ਧੇਲਾ ਸਾਰਾ ਕੁਛ ਇਹ ਵੀ ਇੱਥੇ ਵੀ ਚੁਕਾ ਦੇਣਗੇ ਮੈਂ ਕਹਿੰਦਾ ਜੀ ਮੈਂ ਦੇਖੋ ਮੈਂ ਹੁਣ ਇੱਧਰ ਆਇਆ ਕੈਲੀਫੋਰਨੀਆ ਦੇ ਪੰਜਾਬ ਪੁਲਿਸ ਆਈ ਆ ਇਧਰਲੀ ਪੁਲਿਸ ਵੀ ਇੱਕ ਮੈਂ ਸੱਚੀ ਗੱਲ ਸੁਣ ਲਓ ਤੁਸੀਂ ਵੀ ਮੈਂ ਗਿਆ ਉੱਥੇ ਇੱਕ ਕੌਫੀ ਹਾਊਸ 'ਤੇ ਨਾ ਸਟਾਰਬਕ 'ਤੇ ਅਤੇ ਪੁਲਿਸ ਵਾਲਾ ਇੱਕ ਲਾਈਨ 'ਚ ਲੱਗਿਆ ਹੋਇਆ 3-4-5-6 ਉਹਦੇ ਮੂਹਰੇ ਖੜ੍ਹੇ ਗਿਆ ਕੌਫੀ ਲਈ ਪੈਸੇ ਦਿੱਤੇ ਚਲੇ ਗਏ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਪੁਲਿਸ 'ਚੋਂ ਤੁਸੀਂ ਕਹਿੰਦਾ ਹਾਂ ਮੈਂ ਕਿਹਾ ਲੱਖ ਲਾਂਦਾ ਇਹੋ ਜਿਹੀ ਪੁਲਿਸ ਦੇ ਉੱਥੇ ਹੁੰਦੇ ਨਾਲੇ 4 ਗਾਲਾਂ ਕੱਢਦੇ ਗੱਡੀ 'ਚ ਬੈਠੇ ਸਮਾਨ ਆਉਂਦਾ ਨਾਲੇ ਪੈਸੇ ਨਹੀਂ ਦੇਣੇ ਉਹ ਕਹਿੰਦਾ ਨਹੀਂ ਤੁਹਾਡੇ ਲੱਖ ਲਾਂਦਾ ਇਹੋ ਜਿਹੇ ਕੰਮ ਕਰਨ ਵਾਲਿਆਂ ਦੇ ਚਲੋ ਜੀ ਸਾਰਾ ਮਾਹੌਲ ਜਿਹੜਾ ਥੈਂਕ ਯੂ ਜੀ ਬਹੁਤ ਮਿਹਰਬਾਨੀ ਹੈ ਜੀ ਵਿਕਰਵਾਸ਼ ਕੈਲੀਫੋਰਨੀਆ ਦੇ ਵਿੱਚ ਬੜਾ ਵਧੀਆ ਮਾਹੌਲ ਆ ਔਰ ਸ਼ੁਰੂਆਤ ਅੱਜ ਕਰ ਦਿੱਤੀ ਆਪਾਂ ਅਤੇ ਇਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਪ੍ਰੋਗਰਾਮ ਹੈਗਾ ਵਿਕਰਵਾਸ਼ਾ ਤੁਹਾਡੇ ਰੂਬਰੂ ਹੋਇਆ ਕਰੇਗਾ ਚਲੋ ਆਓ ਦੇਖਦੇ ਹਾਂ ਜੀ ਸੈਕਰਾਮੈਂਟੋ ਦੀ ਇਸ ਰੀਜੈਂਸੀ ਕਮਿਊਨਿਟੀ ਪਾਰਕ ਦੇ ਵਿੱਚ ਹੋਰ ਰੰਗ ਮੈਨੂੰ ਲੱਗਦਾ ਉਹ ਮੁੰਡੇ ਕ੍ਰਿਕਟ ਵਾਲੇ ਹੈਗੇ ਇਹਨਾਂ ਨਾਲ ਗੱਲਬਾਤ ਕਰਦੇ ਹੈਲੋ ਜੀ ਹੈਲੋ ਦਿਸ ਇਜ਼ ਹੈਲੋ ਉਹ ਸਤਿ ਸ਼੍ਰੀ ਅਕਾਲ ਇਹ ਤਾਂ ਮੈਂ ਸੋਚਦਾ ਸੀ ਵੀ ਕਿਤੇ ਮੈਨੂੰ ਅੰਗਰੇਜ਼ੀ ਨਾਲ ਪੰਗਾ ਨਾ ਲੈਣਾ ਪਵੇ ਤੁਸੀਂ ਤਾਂ ਪੰਜਾਬੀ ਬੋਲਦੇ ਵਧੀਆ ਸਾਰੇ ਆਪਣੇ ਕੋਲ ਬਥੇਰੇ ਹੈਗੇ ਨੇ ਇਹ ਤੁਸੀਂ ਕਿੱਥੋਂ ਦੀ ਟੀਮ ਹੈਗੀ ਇਹ ਜੀ ਕਿੱਥੇ ਕਿੱਥੇ ਖੇਡਦੇ ਕਾ ਇਹ ਜਿਹੜੇ ਟੂਰਨਾਮੈਂਟ ਤੁਸੀਂ ਆਹੀ ਭਾਜੀ ਆਪਣਾ ਫ੍ਰੀਮੌਂਟ ਹੋ ਗਿਆ ਸਨੋਜ਼ੇ ਹੋ ਗਿਆ ਇੱਥੇ ਠੀਕ ਹੈ ਤੇ ਤੁਹਾਡਾ ਕੀ ਨਾਮ ਹੈ ਮੇਰਾ ਆਜ਼ਾਦ ਹੈ ਆਜ਼ਾਦ ਹਾਂਜੀ ਅੱਛਾ ਹਜੇ ਆਜ਼ਾਦ ਹੀ ਹੋ ਕਿ ਅਮਰੀਕਾ ਜਾ ਕੇ ਆਜ਼ਾਦ ਹੀ ਹੋ ਗਏ ਹੁਣ ਆਜੋ ਆਜੋ ਕੀ ਹਾਲ ਹੈ ਜੀ ਵਧੀਆ ਵਧੀਆ ਤੁਹਾਡਾ ਚਲਾਨ ਬਣਦਾ ਚਲਾਨ ਬਣਦਾ ਕਰ ਦੋ ਜੀ ਨਾ ਚਲਾਨ ਖਾਇਆ ਪੀਆ ਕਰੋ ਥੋੜਾ ਬਹੁਤ ਮਤਲਬ ਕਮਜ਼ੋਰ ਲੱਗ ਰਿਹਾ ਕੁਝ ਕਾਈ ਪੀ ਵੀ ਤਾਂ ਪਹਿਲਾਂ ਹੀ ਬਹੁਤ ਅੱਛਾ ਤੁਹਾਡਾ ਚਲਾਨ ਬਣਦਾ ਚੱਪਲਾਂ ਬਾਅਦ ਕ੍ਰਿਕਟ ਨਹੀਂ ਖੇਡੀ ਉਹ ਮੇਰੇ ਬੂਟ ਰੈਗਨ ਟਰੱਕ ਦੇ ਵਿੱਚ ਜਿਹੜੀ ਇਹ ਨੋ ਬਾਲ ਹੁੰਦੀ ਉਹ ਕੀ ਹੁੰਦੀ ਹੈ ਬਾਲ ਹੁੰਦੀ ਨਹੀਂ ਉਹਦੇ ਕੋਲੇ ਨਹੀਂ ਜੀ ਬਾਲ ਨਹੀਂ ਹੁੰਦੀ ਉਹਦੇ ਕੋਲ ਮੈਂ ਹੁਣ ਸੁਣ ਰਿਹਾ ਸੀ ਵੀ ਨੋ ਬਾਲ ਕਹਿੰਦੇ ਬਾਲ ਕਿੱਥੇ ਚੱਲ ਜਾਂਦੀ ਉਦੋਂ ਉਹ ਬਾਲ ਗਵਾਚ ਜਾਂਦੀ ਸੀ ਛੱਕਾ ਵੱਜਿਆ ਅੱਛਾ ਅੱਛਾ ਹਾਂਜੀ ਤੇ ਇੱਕ ਵਾਈਡ ਵਾਈਟ ਬਾਲ ਹੁੰਦੀ ਕੀ ਹੁੰਦੀ ਵਾਈਡ ਚਿੱਟੇ ਰੰਗ ਦੀ ਹਾਂਜੀ ਹਾਂਜੀ ਨਹੀਂ ਵਾਈਡ ਵਾਈਟ ਨਹੀਂ ਵਾਈਡ ਵਾਈਟ ਮਤਲਬ ਕਿੱਦਾਂ ਜਿੱਦਾਂ ਬਾਹਰ ਚੱਲ ਜੇ ਹਾਂਜੀ ਦੇਖੋ ਮੈਂ ਵੀ ਵੈਸੇ ਕ੍ਰਿਕਟ ਖੇਡਦਾ ਰਿਹਾ ਆਈ ਲਵ ਕ੍ਰਿਕਟ ਆਈ ਪਲੇ ਕ੍ਰਿਕਟ ਆਲਸੋ ਆਈ ਐਮ ਦਾ ਕੈਪਟਨ ਆਫ ਦਾ ਸਾਡੀ ਗਲੀ ਦਾ ਕੈਪਟਨ ਠੀਕ ਹੈ ਭਾਜੀ ਅਸੀਂ ਵੀ ਗਲੀ ਦੇ ਕੈਪਟਨ ਹੀ ਆ ਨਹੀਂ ਤੁਸੀਂ ਤਾਂ ਤੁਹਾਡੀ ਟੀਮ ਵਧੀਆ ਤੁਸੀਂ ਤਾਂ ਖੇਡਦੇ ਹੋ ਠੀਕ ਹੈ ਤੇ ਧੋਨੀ ਜਮਾਈ ਸ਼ਗਿਰਦ ਯੂ ਨੋ ਹਾਂਜੀ ਧੋਨੀ ਨੂੰ ਜਾਣਦੇ ਆ ਸ਼ਗਿਰਦ ਤੁਹਾਡਾ ਹਾਂ ਉਹ ਮੇਰਾ ਸ਼ਗਿਰਦ ਹਾਂਜੀ ਉਹ ਨਹੀਂ ਮੰਨਦਾ ਮੈਂ ਆਪਣੇ ਨਹੀਂ ਉਹ ਨਹੀਂ ਮੰਨਦਾ ਮੈਂ ਆਪਣੇ ਵੱਲੋਂ ਬਣਾ ਰੱਖਿਆ ਅੱਛਾ ਅੱਛਾ ਹਾਂ ਮੈਂ ਵੈਸੇ ਦਿਲ ਜਿਵੇਂ ਨਾ ਆਪਾਂ ਦਿਲ 'ਚ ਕਿਸੇ ਨੂੰ ਉਸਤਾਦ ਧਾਰ ਲਈਦਾ ਹਾਂਜੀ ਹਾਂਜੀ ਮੈਂ ਇਹਦਾ ਦਿਲ 'ਚ ਧੋਨੀ ਨੂੰ ਸ਼ਗਿਰਦ ਧਾਰਿਆ ਹੋਇਆ ਠੀਕ ਹੈ ਠੀਕ ਹੈ ਚਲੋ ਖੇਡੀ ਲਾਈਏ ਦੋ ਹਾਂਜੀ ਹਾਂਜੀ ਆਓ ਜੀ ਆਓ ਜੀ ਤੁਸੀਂ ਬੈਟ ਫੜੋ ਕੀ ਨਾਲ ਤੁਹਾਨੂੰ ਇੱਕ ਛੱਕਾ ਮਰਵਾਉਂਦੇ ਆ ਛੱਕਾ ਮਾਰਨਾ ਚਾਹੀਦਾ ਬਾਲ ਤੋਂ ਬਿਨਾ ਮਾਰ ਲਈਏ ਚਲੋ ਮੈਂ ਬੋਲ ਕੇ ਬੈਠਾ ਮੈਂ ਕਰਨਾ ਬੋਲ ਇੱਕ ਹੋਰ ਦੇ ਵੀ ਗੋ ਮੈਨ ਸ਼ਾਬਾਸ਼ ਇਹ
हाँ जी अज दे साडे मैन ऑफ द मैच बिकर बादशाह जी पंजाब पुलिस तो बहुत वधिया प्रदर्शन किया इन्होंने बैटिंग एंड बॉलिंग च बल्ले 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 बिकरा भी अच्छा छा गया तू मैं तो कहना सी बंदी पुलिस वाले ही गलां तू तो बंदा ही वधिया लो जी मैच खेडिया मैं ना मैच बन गए क्रिकेट दे विच ठीक है जी हुण मैं इस तो पहला कि समाप्ति करा थोड़े तो आग्या लवा मैं कहना चाहुंदा जी मैं अज पहला एपीसोड जिहड़ा शुरू करता हुण मैं थोड़े बिजनेस ते आ के जिथे भी तुहाडा काम कर हैगा उत्थे पहुँच के आपां बिकर बादशाह जिहड़ा करांगे शुगल मेला करांगे रौनक लावांगे ते उहदे वास्ते नंबर मेरा नोट कर लो जी मेरा सैल नंबर ही है दस्यो ना किसी 209-450-3362 ओके जी बाय